ਇਹ ਬਾਲੂ ਜਿਹੜਾ ਵੀ ਆ ਪੁੱਤਰ ਜਦੋਂ ਕੋ ਮਾਂ ਵਾਲਦੈਨ ਆਪਣੇ ਬੱਚੇ ਨੂੰ ਨਾਲ ਲੈ ਕੇ ਆਉਣਾ ਉਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਬਾਲੂ ਜਿਹੜਾ ਵਾ ਦੇ ਕੇ ਭੇਜਣਾ ਕਿਉਂਕਿ ਬੱਚਾ ਜਿਹੜਾ ਉਹਦਾ ਦਿਲ ਨਹੀਂ ਟੁੱਟਣਾ ਚਾਹੀਦਾ ਹੈ ਕੋ ਮਾੜਾ ਮੋਟਾ ਪੈਸਿਆਂ ਦਾ ਵਾਅਦਾ ਘਾਟਾ ਕਰਕੇ ਬੱਚਿਆਂ ਨੂੰ ਜਿਹੜਾ ਵਾ ਬਾਲੂ ਦੇਣਾ ਹੀ ਦੇਣਾ ਵਾ ਆ ਨਹੀਂ ਮੈਂ ਦੇਣਾ ਇਹ ਮੈਂ ਤੈਨੂੰ ਵੀ ਨਹੀਂ ਦੇਣਾ ਉਹ ਤਾਂ ਰੱਖ ਦੇ ਬਸ ਠੀਕ ਹੈ ਮੈਨੂੰ ਵੀ ਨਹੀਂ ਦੇਣਾ ਤੇ ਮੈਂ ਉਹਨਾਂ ਨੂੰ ਵੀ ਨਹੀਂ ਦੇਣਾ ਪੁੱਤਰ ਇਹ ਵੀ ਵੇਚਣਾ ਵਾ ਸਾਰੇ ਵੇਚਣੇ ਨੇ ਸ਼ਾਮ ਨੂੰ ਜਦੋਂ ਤੂੰ ਜਾਏਗਾ ਤੇਰੇ ਵਾਸਤੇ ਮੈਂ ਇੱਕ ਬਾਲੂ ਰੱਖਿਆ ਹੈ ਤੇਰੇ ਵਾਸਤੇ ਮੈਂ ਇੱਕ ਬਾਲੂ ਰੱਖਿਆ ਪੁੱਤਰ ਓਏ ਇਹਦੀ ਗਾਦਰ ਮੈਂ ਬੜੀਆਂ ਸਟਗਲਾਂ ਕੀਤੀਆਂ ਸਤਾਜ ਜੀ ਬਸ ਪੁੱਤਰ ਰੋਣਾ ਨਹੀਂ ਅਸੀਂ ਬੜਾ ਇਕੱਠੇ ਫਿਰੇ ਸਤਾਜ ਜੀ ਇਹਦੇ ਨਾਲ ਅਸੀਂ ਇਕੱਠੇ ਸਕੂਲ ਜਾਂਦੇ ਰਹੇ ਸਤਾਜ ਜੀ ਇਹਨੂੰ ਮੂੰਹ ਨੂੰ ਨਾ ਪੁੱਤਰ ਸਿੱਧਾ ਰੱਖਿਆ ਕਰ ਇਹਨਾਂ ਭਾਲੂਆਂ ਦੇ ਵਿੱਚੋਂ ਮੈਨੂੰ ਤੈਨੂੰ ਪਛਾਣਨਾ ਔਖਾ ਹੋ ਜਾਂਦਾ ਇਹਨੂੰ ਵੇਚਣਾ ਨਹੀਂ ਸਤਾਜ ਜੀ ਅੱਛਾ ਇਹਨੂੰ ਮੈਂ ਵੇਚਦਾ ਨਹੀਂ ਇਹਨੂੰ ਗੁੜਤੀ ਵੀ ਮੇਰੀ ਹੈ ਸਤਾਜ ਜੀ ਵੇਚਣਾ ਇਹਨੂੰ ਪੁੱਤ ਮੂੰਹ 'ਚ ਪਾ ਲਾ ਫਿਰ ਮੈਂ ਨਾ ਵੇਚੂ ਇਹਨੂੰ ਇਹਨੂੰ ਰੱਖ ਪੁੱਤਰ ਜਦੋਂ ਕੋਈ ਕਸਟਮਰ ਆ ਗਿਆ ਜਦੋਂ ਗਾਹਕ ਨੇ ਪਸੰਦ ਕਰ ਲਿਆ ਫਿਰ ਆਪਾਂ ਨੂੰ ਦੇਣਾ ਪੈਣਾ ਹੋਰ ਦੇ ਦੇਾਂਗੇ ਹੋਰ ਦੇ ਦੇਾਂਗੇ ਤੈਨੂੰ ਹੋਰ ਦੇ ਦੇਾਂਗੇ ਨਹੀਂ ਇਹ ਹੀ ਇਹ ਮੇਰਾ ਫੈਮਿਲੀ ਰਿਲੇਸ਼ਨ ਆ ਮੈਂ ਨਹੀਂ ਇਹਨੂੰ ਵੇਚਣਾ ਇਹ ਤੇਰੇ ਤਾਏ ਦਾ ਮੁੰਡਾ ਵਾ ਐਡਾ ਫੈਮਿਲੀ ਰਿਲੇਸ਼ਨ ਮੇਰਾ ਜੁਗਨੂ ਆਇਆ ਆਇਆ ਪੁੱਤ ਉਹ ਬੁਰਾ ਮਨਾਉਂਦੇ ਆ ਉਹ ਬੋਲ ਨਹੀਂ ਸਕਦੇ ਜਿੱਦਾਂ ਤੂੰ ਮੂੰਹ ਲਾ ਕੇ ਲੈ ਕੇ ਗਿਆ ਉਹਨੇ ਗਾਲ ਕੱਢਣੀ ਇਸ ਦਿਨ ਗਾਲ ਨਹੀਂ ਕੱਢਦੇ ਇਹਨਾਂ ਦੀ ਬੋਲੀ ਮੈਂ ਸਮਝਦਾ ਵਾਂ ਇਹਨਾਂ ਦੀ ਹਾਂਜੀ ਪੁੱਤ ਜੇ ਇਹਨਾਂ ਦੀ ਬੋਲੀ ਸਮਝਦਾ ਨਾ ਇਹਨਾਂ ਕੋ ਪੁੱਛ ਵੀ ਤੁਹਾਨੂੰ ਕਿੰਨੇ ਕਿੰਨੇ ਦਾ ਵੇਚੀਏ ਨਹੀਂ ਉਹ ਕਹਿੰਦਾ ਮੈਨੂੰ ਨਾ ਵੇਚੋ ਹਾਂ ਮੈਂ ਪੱਪੂ ਦਾ ਯਾਰ ਹੈਗਾ ਕਹਿੰਦਾ ਮੈਂ ਬੇਟਾ ਤੂੰ ਪੱਪੂ ਨਹੀਂ ਤੂੰ ਚੱਪੂ ਆ ਕਸ਼ਤੀ ਵਾਲਾ ਪੱਪੂ ਮਸੂਮ ਜੇ ਬੱਚੇ ਹੁੰਦੇ ਆ ਕੂਲੇ ਕੂਲੇ ਹੈ ਇਹਦਾ ਚੱਪੂ ਆ ਐਡਾ ਚੌੜਾ ਪੱਪੂ ਇਹਨੂੰ ਨਹੀਂ ਵੇਚਦੇ ਚੱਲ ਪੁੱਤਰ ਚੱਲ ਜਾ ਕੇ ਹਲ ਫੜ ਸਾਰਿਆਂ ਨੂੰ ਕੱਪੜਾ ਮਾਰ ਕੱਟਾ ਮਾਰ ਸਾਰੇ ਤੋੜਾ ਕੱਟਾ ਬਾਲੂਆਂ ਤੋੜਾਉਣਾ ਪੁੱਤ ਮੈਂ ਤੋੜਾਈ ਜਾਣਿਆ ਕੱਟਾ ਚੱਲ 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 ਕੱਟਾ ਝਾੜਨਾ ਕੱਟਾ ਝਾੜਨਾ ਕੱਟਾ ਝਾੜਨਾ ਚੱਲ ਸਾਰਿਆਂ ਦਾ ਕੱਟਾ ਝਾੜ ਮੇਰੇ ਆ ਬੱਚਿਆ ਮੂੰਹ ਸਹੀ ਰੱਖ ਮੂੰਹ ਸਹੀ ਰੱਖ ਮੈਨੂੰ ਲੱਗਦਾ ਕਿਸੇ ਨੇ ਤੇਰਾ ਰੇਟ ਭਰ ਕੇ ਲੈ ਜਾਣਾ ਮੈਨੂੰ ਕੋਲੋਂ ਆਹ ਮੈਨੂੰ ਕੁਛ ਕਹਿਣ ਦੇ ਉਹਦੇ ਵੱਲ ਨਾ ਦੇਖ ਤੂੰ ਪਰੇ ਵੱਲ ਦੇਖ ਲਾ ਪਰਲਾ ਵੀ ਤੈਨੂੰ ਕੁਛ ਕਹਿਣ ਡਿਆ ਕਹਿੰਦਾ ਮੇਰੇ ਕੋਲ ਆ ਕੇ ਮੇਰੇ ਤੇ ਕੱਪੜਾ ਮਾਰ ਚੱਲ ਜਾ ਟੈਨਸ਼ਨ ਲੈ ਮੈਂ ਤੈਨੂੰ ਵੀ ਨਹੀਂ ਜਾਣ ਦੇਵਾਂਗਾ ਉਹ ਜਾਣ ਕਿਉਂ ਨਹੀਂ ਦੇਣਾ ਮਾਮਾ ਵੇਚਣੇ ਆ ਮੈਂ ਵੇਚਣ ਵਾਸਤੇ ਲੈ ਕੇ ਆਇਆ ਤੇਰੇ ਵਾਸਤੇ ਲੈ ਆਇਆ ਮੈਨੂੰ ਯਾਦ ਆ ਕਿ ਮੇਰੇ ਮੇਲੀ ਰੋਟੀ ਲੈ ਕੇ ਆਉਂਦਾ ਰਿਹਾ ਵਾ ਇੱਥੇ ਕੱਪੜਾ ਮਾਰ ਰੋਟੀ ਲੈ ਕੇ ਆਉਂਦਾ ਰਿਹਾ ਤੇਰੇ ਵਾਸਤੇ ਮਾਮਾ ਜਿਹੜਾ ਮੈਂ ਇਹਨਾਂ ਨੂੰ ਕਰਾਚੀਓਂ ਲੈ ਕੇ ਆਇਆ ਉਧਰ ਆ ਮਾਰ ਕੱਪੜਾ ਪੁੱਤ ਸਾਰਿਆਂ ਤੇ ਕੱਪੜਾ ਮਾਰ ਐ ਲੱਗਦਾ ਜਿਵੇਂ ਆਪਣੀ ਬਰਾਦਰੀ 'ਚ ਫਿਰਨ ਡਿਆ ਤੂੰ ਇਹਨੂੰ ਮਾਰ ਮਾਰ ਕੱਪੜਾ ਪੁੱਤ ਮਾਰੇਗਾ ਕੱਟਾ ਨਾ ਪੈਣ ਦੇ ਹਾਂ ਚੱਲ 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 ਅੱਗੇ ਅੱਗੇ ਇੱਦਾਂ ਹੀ ਚਲੇ ਜਾ ਇੱਦਾਂ ਹੀ ਚਲੇ ਜਾ ਸਾਰੇ ਤੇ ਪੁੱਤ ਮਾਰ ਕੱਪੜਾ ਤਾਂ ਕਿ ਸਾਫ਼ ਸੁਥਰੇ ਹੋਣਗੇ ਲੋਕਾਂ ਨੂੰ ਪਸੰਦ ਆਉਣਗੇ ਛੇਤੀ ਛੇਤੀ ਹੱਥ ਗਏ ਮੈਂ ਜਾਣਦਾ ਦਿਲ 'ਚ ਤੂੰ ਕੀ ਕਹਿਣੇ ਆ ਮੈਨੂੰ ਜ਼ਾਲਮ ਇਨਸਾਨ ਆ ਤੈਨੂੰ ਵੇਚਣਾ ਜਾ ਰਿਹਾ ਵਾ ਰਿਸ਼ਤੇਦਾਰ ਘਰ ਛੱਡਿਆ ਮੈਂ ਬਾਕੀ ਤਾਂ ਮੈਂ ਵੇਚਣਿਆ ਕਿ ਨਹੀਂ ਛਿੜਕਾ ਪਲਾ ਲਿਆ ਗਰਮੀ ਹੋਈ ਆ ਇਹਨੂੰ ਗਰਮੀ ਹੋਈ ਆ ਅੱਛਾ ਇੱਥੇ ਰੱਖ ਦੋ ਆਪਣੀ ਜਗ੍ਹਾ ਤੇ ਹਾਲੇ ਵੀ ਇੱਥੇ ਰਹੀ ਵੀ ਇਹਦੇ ਰਿਸ਼ਤੇਦਾਰ ਆ ਚੱਲ ਪੁੱਤਰ ਚੱਲ ਧਿਆਨ ਨਾਲ ਮਾਰ ਕੇ ਉਹ ਮੇਰਾ ਕਿੱਧਰ ਗਿਆ ਵਾ ਆ ਪਿਆ ਵਾ ਉੱਤੇ ਰੱਖ ਦੇ ਇਹਨੂੰ ਉੱਤੇ ਰੱਖ ਦੇ ਮੈਂ ਕਹਿਣਾ ਉੱਤੇ ਰੱਖ ਦੇ ਓਏ ਮੈਂ ਵੇਚਣਿਆ ਕਿ ਮੈਂ ਤੇਰੀ ਦਰੁਸਤਗੀ ਕਰਨ ਵਾਸਤੇ ਲਿਆਂਦਾ ਤੈਨੂੰ ਇੱਥੇ ਆ ਦੋ ਨਹੀਂ ਵੇਚਣੇ ਬਾਕੀ ਸਾਧ ਆਪਾਂ ਸਾਰੇ ਵੇਚ ਦੇਣੇ ਆ ਅੱਛਾ ਪੋਤੇ ਦੋਵੇਂ ਨਹੀਂ ਵੇਖਦੇ ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਦੋਵੇਂ ਬਚਾ ਲਵਾਂ ਹੈ ਵਾ ਠੀਕ ਆ ਲੈ ਹੁਣ ਦੁਆ ਕਰ ਸਾਧ ਕੋ ਹਾਂ ਮੇਰੇ ਕੰਨ 'ਚ ਦੱਸ ਦੇ ਕੀ ਕਹਿ ਰਿਹਾ ਵਾ ਮੈਨੂੰ ਦੱਸ ਦੇ ਮੈਨੂੰ ਵੇਚ ਦੇ ਮੈਨੂੰ ਵੇਚ ਦੇ ਮੈਨੂੰ ਵੇਚ ਦੇ ਹੈ ਇਹ ਤੇਰੇ ਵਾਸ ਨਹੀਂ ਤੇਰੇ ਅੰਦਰ ਕਿਸੇ ਜ਼ਲੀਲ ਇਨਸਾਨ ਦੀ ਆਵਾਜ਼ ਆ ਰਹੀ ਆ ਨਹੀਂ 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 ਇਹਦੇ ਅੰਦਰ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਹੈ ਇਹਦੇ ਅੰਦਰ ਰਾਮ ਨਾ ਕਰ ਬਿਮਾਰ ਹੈਗਾ ਬਿਮਾਰ ਹੈਗਾ ਓਹ ਲਓ ਜੀ ਬਿਮਾਰੀ ਹਾਂ ਮੈਨੂੰ ਦੱਸ ਦੇ ਯਾਦ ਹੈ ਤੂੰ ਦੱਸ ਦੇ ਇੱਕ ਮਿੰਟ ਅੱਜ ਸਾਡੇ ਨਾਲ ਜ਼ੁਲਮ ਹੋ ਰਿਹਾ ਵਿੱਚ ਲੱਗੇ ਸਾਨੂੰ ਇਹਨੂੰ ਕਹਿ ਕੇ ਇਹਨੂੰ ਨਾ ਇੱਥੋਂ ਮੈਨੂੰ ਜਵਾਬ ਦੇ ਕੇ ਕਿਤੇ ਹੋਰ ਚਲੇ ਜਾਵੇ ਉਹ ਕਹਿੰਦਾ ਤੈਨੂੰ ਜਵਾਬ ਦਿੱਤਾ ਜਾ ਕਿਤੇ ਹੋਰ ਚਲੇ ਜਾ ਹਾਂ ਇੱਕ ਗੱਲ ਜ਼ਿਹਨ 'ਚ ਰੱਖਣੀ ਆ ਕਿਹੜੀ ਪੁੱਤ ਨਾ ਵੇਚਣਾ ਵਾ ਪੁੱਤ ਤੂੰ ਕੈਂਚੀ ਲਿਆ ਕੇ ਕੁਤਰਾ ਕਰਦੇ ਇੱਥੇ ਨਾ ਉਸਤਾਦ ਨਾ
ਮੇਰਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ। ਅਸਲਾਮ ਵਾਲੇਕਮ ਭਾਜੀ। ਵਾਲੇਕਮ ਸਲਾਮ ਜੀ ਜਨਾਬ ਜੀ। ਸਰ ਇਧਰੋ ਪੁੱਤ ਉਹਨਾਂ ਨੂੰ ਝਾਤੀ ਵੀ ਪੈਣ ਦੇ। ਦੇਖ ਲਓ ਵੇਖੋ ਇੱਧਰ ਆ ਜਾ ਤੂੰ ਉੱਥੇ ਆ ਪੁੱਤ ਭਲਵਾਨਾਂ ਦਾ ਮੰਜਾ ਲੱਗਣ ਡਿਆ ਉੱਥੇ ਆ ਜੀ ਜਨਾਬ। ਇਹ ਨਹਾਉਣ ਲੱਗਾ ਜੀ ਜੀ। ਆ ਆ ਆ ਬੇਟੇ ਆ ਪਾਪਾ ਆ ਲੈਣਾ ਪਾਪਾ ਆ ਲੈਣਾ ਆ ਪੁੱਤ। ਹਾਂਜੀ ਹਾਏ 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 ਬੱਲੇ ਬੱਲੇ। ਹਾਂ ਬੇਟੇ ਆ ਸਹੀ ਆ ਹੈ। ਇਹ ਕਿੰਨੇ ਦਾ ਭਾਈ? ਇਹ ਪਾਜਨ ਇਹ ਗੱਲ ਆ ਕਿ ਬੱਚੇ ਨੂੰ ਪਸੰਦ ਆ? ਹਾਂਜੀ ਬੇਟਾ ਆਪਕੋ ਪਸੰਦ ਆ? ਇਹ ਨਹੀਂ 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 ਉਹਨੂੰ ਪਸੰਦ ਆ ਪੁੱਤਰ। ਇੱਧਰ ਆਓ ਬੇਟਾ ਆ ਕੇ ਆ ਜਾਓ। ਆਪਕੋ ਇਹ ਪਸੰਦ ਆ? ਨਹੀਂ। ਤੇ ਕੋਈ ਗੱਲ ਨਹੀਂ, ਜਦੋਂ ਬੱਚੇ ਨੂੰ ਪਸੰਦ ਆ ਤੇ ਫਿਰ ਸਿਆਣੇ ਵਿੱਚ ਬੋਲਣ ਵਾਲੇ ਕੌਣ ਹੁੰਦੇ ਆ? ਕੌਣ ਹੁੰਦੇ? ਚਲ ਉੱਥੇ ਰੱਖੋ ਤੁਸੀਂ, ਕੋਈ ਨਹੀਂ। ਓਏ ਵੀ ਬਾਲੂਆਂ 'ਚੋਂ ਨਿਕਲੇ ਇਹ ਕੌਣ? ਇਹ ਬਾਲੂਆਂ ਦੇ ਵਿੱਚੋਂ ਮੇਰਾ ਖਾਲੂ ਨਿਕਲਿਆ। ਡਰਨ ਦਾ ਕੋਈ ਫਾਇਦਾ ਨਹੀਂ ਪਾਏ, ਇਹ ਕੁਛ ਵੀ ਨਹੀਂ ਕਹਿੰਦਾ। ਅੱਜ ਤਾਂ ਆ ਪਿਆ, ਉਦਾਂ ਹੀ ਆ ਪਿਆ ਵਾ। ਹਾਂਜੀ ਆ ਪਸੰਦ ਆ ਤੁਹਾਨੂੰ? ਠੀਕ ਆ ਠੀਕ ਆ। ਇੱਧਰ ਆਓ ਇੱਧਰ ਆਓ। ਇੱਧਰ ਇਹ ਜੋੜੇ ਦਾ ਸਰ ਤੁਹਾਡੇ ਕੋਲ। ਇੱਧਰ ਆਓ ਮੇਰੇ ਕੋਲ ਆਓ ਤੁਸੀਂ, ਇੱਥੇ ਇੱਥੇ ਰੱਖੋ ਪੁੱਤਰ। ਲੈਣ ਵਾਸਤੇ ਆਏ ਉਹਨਾਂ ਨੂੰ ਦੇਣ ਦੇ। ਸਾਰਾ ਨਹੀਂ ਵੇਚਣਾ ਉਹ, ਜੇ ਆ ਮੈਂ ਨਹੀਂ ਵੇਚਣਾ ਉਹਨਾਂ ਦੋਵਾਂ ਉਹ ਪਸੰਦ ਆ ਕੇ ਮੈਚ ਕੀ ਕਰਾਂ? ਆ ਦੇ ਦੇ ਉਸਤਾਦ, ਉਹਨਾਂ ਨਾਲ ਮੇਰਾ ਫੈਮਿਲੀ ਰਿਲੇਸ਼ਨ ਹੈ ਉਸਤਾਦ। ਭਤੀਜਾ ਉਹਦਾ ਕਿਉਂ ਨਹੀਂ ਵੇਚਣਾ ਬਈ? ਇਹ ਕੀ ਗੱਲ ਆ, ਮੇਰਾ ਬੱਚਾ ਰਵਾਉਣਾ ਤੁਸੀਂ? ਬੱਚਾ ਵੈਸੇ ਹੀ ਉਹਨੂੰ 20 ਪਸੰਦ ਆਏ, ਅਸੀਂ ਤਾਂ ਪਿੱਛੇ ਢੇਰੀਆਂ ਛੱਡ ਗਏ ਆਏ ਆ। ਪਤਾ ਕੀ ਇਹ 20 ਹੋਣਾ ਭਾਈ? ਭਾਈ ਉਹ ਰਹਿਣ ਦੋ, ਦੂਜੇ ਲੈ ਲਾ ਯਾਰ, ਦੂਜੇ ਰੋਂਦੇ ਪਏ ਉਹ ਲੈ ਲਾ। ਕੋਈ ਹੋਰ ਲੈ ਲਓ ਤੁਸੀਂ, ਕੋਈ ਹੋਰ ਪਸੰਦ ਕਰੋ। ਹੋਰ ਕਿਉਂ ਲੈ ਲੈ, ਸਾਨੂੰ ਪਸੰਦ ਹੈ ਜਿਹੜੇ ਮੇਰੇ ਬੱਚੇ ਨੂੰ ਆਏ, ਮੈਂ ਉਹੀ ਲੈਣੇ, ਹੋਰ ਕਿੱਦਾਂ ਲੈ ਲਵਾਂ? ਇਹ ਭਾਜਨ ਇੱਦਾਂ ਹੀ ਕਰਦਾ ਹੈ। ਤੁਸੀਂ ਇਹਦੇ ਨਾਲ ਦਾ ਇਹਨਾਂ ਦਾ ਕੁਝ ਪੁੱਤ, ਇਹਨੂੰ ਤੇਰਾ ਮਾੜਾ ਜਿਹਾ ਵੀ ਥੁੱਕ ਲੱਗ ਗਿਆ ਨਾ, ਮੁੜ ਕੇ ਸਾਰੀ ਜ਼ਿੰਦਗੀ ਨਹੀਂ ਵਿਕਣਾ ਇਹ। ਇੱਧਰ ਆ ਜਾ ਭਾਈ, ਇਹ ਕਾਹ ਪੀਸ ਹੋ ਗਿਆ। ਹਾਂਜੀ ਹਾਂਜੀ, ਇਹ ਕਾਹ ਹੋ ਗਿਆ, ਕਾਹ ਪੀਸ ਹੋ ਗਿਆ। ਕਿੰਨੇ ਪੈਸੇ ਇਹਨਾਂ ਦੇ? ਪੈਸੇ ਪਤਾ ਪੁੱਤ, ਇਹ ਭਾਜਨ ਤੁਹਾਡੇ ਕੋਲੋਂ ਇਹਦਾ 2000 ਰੁਪਈਆ ਲਵਾਂਗੇ। ਅੱਛਾ, ਤੇ 2000 ਰੁਪਈਆ ਉਹਦਾ ਤੁਹਾਡੇ ਕੋਲੋਂ ਲਵਾਂਗੇ। ਨਹੀਂ ਸਾਡ, ਨਹੀਂ ਨਹੀਂ ਇਹ ਨਹੀਂ ਵੇਚਣੇ। ਕਿਉਂ? ਸਾਡੀ ਜੰਮਪਲ ਕਿੱਥੇ ਹੈਗੀ ਆ? ਓਏ ਵੇ, ਦੰਦ ਕੱਢਦੇ ਵੀ ਉਦਾਂ ਦਾ ਹੀ, ਇਹਨੂੰ ਉੱਥੇ ਪਾ ਦੇ, ਉਹ ਮੈਨੂੰ ਦੇ ਦੇ। ਭਾਜਨ ਇਹ ਗੱਲਾਂ ਕਰਨ ਵਾਲਾ, ਲੋਕ ਇਹਨੂੰ ਨਾ ਪਸੰਦ ਕਰਦੇ ਆ। ਲੋਕਾਂ ਨੂੰ ਉਹ ਚਾਹੀਦਾ ਜਿਹੜਾ ਚੁੱਪ ਕਰਕੇ ਭਾਲੂ ਹੋਵੇ ਨਾ, ਕਮਰੇ 'ਚ ਪਿਆ ਸੋਹਣਾ, ਚੁੱਪ ਕਰਕੇ ਪਿਆ ਰਵੇ। ਇਹ ਤਾਂ ਗੰਦੀ ਜ਼ਬਾਨ ਵਾਲਾ ਬੋਲਣੋਂ ਨਹੀਂ ਹਟਦਾ। ਇਹ ਗੰਦੀ ਨਸਲ ਦਾ ਝੂਠ ਬੋਲਣ ਡਿਆ ਵਾ। ਹਾਂ ਮੈਂ ਗੰਦੀ ਨਸਲ ਦਾ? ਮੇਰੇ ਕੋਲ ਕੰਮ ਕਰਦਾ, ਮੈਨੂੰ ਗੰਦੀ ਨਸਲ ਦਾ ਕਹਿ ਜਾਣਾ? ਤੂੰ ਅਕਲ ਹੀ ਨਹੀਂ ਦਿਆ। ਤੁਹਾਨੂੰ ਕਾਰੋਬਾਰ ਰਾਸ ਆ, ਕਿਉਂਕਿ ਤੁਹਾਡੀਆਂ ਸ਼ਕਲਾਂ ਦੇ ਮੁਤਾਬਕ ਹੀ ਤੁਸੀਂ ਕਾਰੋਬਾਰ ਲਾਇਆ ਵਾ। ਇਹ ਤੁਹਾਨੂੰ ਰਾਸ ਐਵੇਂ ਲੜੋ ਨਾ, ਉਹ ਪੀਸ ਇੱਕ ਉਹ ਦੇ ਦਿਓ, ਕਹਿ ਦੇ ਦਿਓ ਮੇਰੇ ਬੱਚੇ ਦੋ ਪੀਸ ਪਸੰਦ। 4000 ਰੁਪਏ ਦੇ ਦੇਣ, 4000 ਰੁਪਏ, 4000 ਰੁਪਈਆ ਹੋ ਗਿਆ ਜੀ। ਓਕੇ ਹੋਣੀ ਪਸੰਦ ਆ ਗਏ ਕਿ ਫੜੋ ਜੀ? ਇਹ ਨਹੀਂ ਪੁੱਤਰ, ਇਹਨਾਂ ਨੇ ਪਰਲਾ ਨਾਲ ਤੱਕਿਆ ਵਾ। ਇਹ ਦੁਬਾਰਾ ਮੇਰਾ ਪੱਪੂ ਡੱਗਿਆ ਲੱਗਾ। ਓਏ ਇਹਨੂੰ ਝਾੜ ਕੇ, ਤੇਰਾ ਪੱਪੂ ਲਿਬੜ ਗਿਆ, ਤੇਰਾ ਪੱਪੂ ਲਿਬੜ ਗਿਆ, ਕਿਸੇ ਨੇ ਲਿਜਾਣਾ ਨਹੀਂ ਪੱਪੂ। ਪੱਪੂ, ਓਏ ਪੱਪੂ ਪੁੱਤ, ਓਏ ਓਏ, ਤੇਰਾ ਬੜਾਂਬਾਂ ਵਾਲੀ ਪੇਟੀ ਵਰਗਾ ਮੂੰਹ ਆ ਮੇਰੇ। ਮੇਰੀ ਗੱਲ ਸੁਣ, ਲੰਡੇ ਦੀ ਗੱਲ ਹੈ। ਓਏ ਦੋਨੀ ਸੁਰੇ, ਉਹ ਗੱਲ ਸੁਣ ਲਓ, ਕਿ ਸੁਰ ਦਾ ਕੰਮ ਕੀਤਾ ਜ਼ਿੰਦਗੀ ਚ? ਭਾਈ ਇਹਨੂੰ ਸੁਰ ਦਾ, ਮੇਰਾ ਬੱਚਾ ਰੋਂਦੇ ਆ ਭਾਈ, ਇਹਨੂੰ ਦਿਓ, ਉਹ ਵੇਖੋ ਜਿਦੇ ਵੀ ਆ ਪੁੱਤਰ, ਗੱਲ ਸੁਣ, ਹੋਰ ਕੋਈ ਲੈ ਲਾ ਪੁੱਤ, ਕੇ ਹੀ ਲੈਣੇ ਆ? ਉਹੀ ਲੈਣਾ ਭਾਈ। ਪੁੱਤਰ ਤੂੰ ਕੋ ਹੋਰ ਪਸੰਦ ਕਰ ਲਾ, ਇਹਨਾਂ ਤੋਂ ਇਲਾਵਾ ਕੋ ਹੋਰ? ਉਹੀ ਲੈਣਾ ਉਹਨੇ, ਉਹੀ ਲੈਣਾ। ਉਹਦੇ ਨਾਲ ਮੈਨੂੰ ਲੈ ਜਾ ਪੁੱਤਰ। ਉਹ ਤੈਨੂੰ ਜਿੱਤਰ ਫੇਰਨੇ, ਤੈਨੂੰ ਕੀ ਕਰਨਾ? ਤੇਰੇ ਨਾਲ ਦੇ ਡੰਗਰ ਸਾਡੇ ਬਾਹਰ ਵੱਜੇ ਖੁਰਲੀ ਤੇ। ਇਹਨੂੰ ਚੁੱਪ ਕਰਕੇ ਤੁਸੀਂ 5 ਵਜੇ ਇਹਦੇ ਕੋਲ ਪਾਣੀ ਭਰਵਾਇਆ ਕਰਿਓ, ਇਹਨੂੰ ਲੈ ਜਾਓ। ਉਹ ਨਹੀਂ ਭਾਈ, ਅਸੀਂ ਪਾਣੀ ਨਹੀਂ ਭਰਵਾਉਣਾ, ਇਹ ਕਹਿ ਦੇ ਦੇ ਕੋ ਵੀ ਪੈਸੇ ਦੱਜ ਜਾ ਇਸਕਾ, ਇਹਦਾ ਸਪਨਾ ਜਲਦੀ। ਤੈਨੂੰ ਆਤੰਕਵਾਦੀ ਲੈ ਚੱਲੇ। ਉਹ ਆਤੰਕਵਾਦੀ? ਓਏ ਆਤੰਕਵਾਦੀ ਮਾਮਾ, ਉਹਨੇ ਤਾਂ ਨਵਾਂ ਕੇਸ ਨਾ ਪਾ ਦੀ, ਅਗਲੇ ਬੱਚੇ ਵਾਸਤੇ ਭਾਲੂ ਲੈਣ ਆਏ। ਮੇਰੀ ਗੱਲ ਸੁਣੋ, ਹਾਂਜੀ, ਤੁਸੀਂ ਬੱਚੇ ਨੂੰ ਤੁਹਾਡੀ ਮਿਹਰਬਾਨੀ ਕੋ ਹੋਰ ਭਾਲੂ ਚੈੱਕ ਕਰਾ ਦਿਓ, ਕਿਉਂਕਿ ਇਹ ਜਿਹੜਾ ਬੰਦਾ ਬਹੁਤ ਜ਼ਿੱਦੀ ਆ। ਮੈਨੂੰ ਦੁਕਾਨ ਚ ਤਾਂ ਮੈਨੂੰ ਗੰਢਾਂ ਚ ਬੰਨਦਾ ਨਾ, ਭਾਲੂਆਂ ਨੂੰ ਬੰਨਣ ਨਹੀਂ ਦਿੰਦਾ, ਉਹਨਾਂ ਨੂੰ ਗਿਰਾ ਨਹੀਂ ਲਾਉਣ ਦਿੰਦਾ। ਕਹਿੰਦਾ ਉਹਨਾਂ ਦਾ ਸਾਹ ਘੁੱਟਿਆ ਜਾਣਾ ਮੈਨੂੰ। ਓਏ ਅੱਛਾ ਗੱਲ ਸੁਣੋ, ਜਾਂ ਤੁਸੀਂ ਭਾਲੂ ਰਾਜੀ ਕਰ ਲਓ ਜਾਂ ਬੰਦਾ ਰਾਜੀ ਕਰ ਦਿਓ, ਮੇਰੀ ਸੁਣੋ ਗੱਲ। ਓਏ ਮੈਨੂੰ ਉਹ ਭਾਲੂ ਕੱਢ ਦਿਓ, ਨਹੀਂ ਤੇ ਇੱਥੇ ਮੈਂ ਇਹ ਨਾ ਆਵੇ ਤੁਹਾਨੂੰ ਇੱਥੇ ਲੰਮਿਆਂ ਪਾਲਵਾਂ। ਮੇਰਾ ਇੱਥੇ ਬੱਚਾ ਰੋਣਾ ਨਹੀਂ ਚਾਹੀਦਾ। ਮੈਂ ਇੱਥੇ ਲੰਮਿਆਂ ਨਹੀਂ ਪੈਣਾ, ਇੱਥੇ ਮੈਨੂੰ ਨੀਂਦ ਨਹੀਂ ਆਉਣੀ ਭਾਈ। ਉਹ ਤੈਨੂੰ ਆ ਜਾਣੀ ਨੀਂਦ ਜਦੋਂ ਦੋ ਤੇਰੇ ਮੋਰਾਂ 'ਚ ਪਈਆਂ, ਨੀਂਦ ਪਤਾ ਨਹੀਂ ਕਿੱਦਾਂ ਨਹੀਂ ਆਉਣੀ। ਮਾਰ ਕਟਾਈ ਵਾਸਤੇ ਮੈਂ ਆਹ ਬੰਦਾ ਰੱਖਿਆ ਭਾਜਨ, ਇਹਨੂੰ ਕਰਦੇ ਅੱਗੇ ਫਿਰ ਬੱਚੇ ਨੇ ਭਾਲੂ ਪਸੰਦ ਕਰ ਲਿਆ। ਆਪਣੇ ਹਿੱਸੇ ਦੀਆਂ ਚੰਡਾ ਖਾਲਾ ਪੁੱਤਰ।
मैं यही भालू लेना वा एक कौ लेना जोड़ा पसंद आ गया ताड़ी दुकान जोड़ा ले जा एक नाल मिलू भी ले जा ओए टेडर की शक्ल परे कर ला मार के मुका फेनू तनु मैं आ ना होवे ता फड़े के मंडवा फड़े भी 4000 रुपया देना खंगे कोई ना ताड़े जो ना ही खंगदा मैं तो नहीं खंगदा भाई ओए केड़ा अब्बू ओए केड़ा अब्बू पप्पू ए तो फड़ा मुंडिया भाई चार का हले फड़ बेटे पप्पू ओए पप्पू ओए ओए पप्पू जमी ना ओए अपना रोना बंद कर ला ओए छापर फाड़े तो मुंह ते चढ़ावा ओए जस गाई दा पप्पू ओए मर गया तेरा पप्पू ओए मेरा पप्पू लुटिया गया ओए लुटिया किथे गया छोटा पप्पू मर गया भाई तू इस तरह करो इधर आओ मेरे को आओ हां जी इधर आओ करो ओए 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 मुंडे ओए छड ओए छड दे चल चल भाई तू अपने घर लाइयो तो तू 4000 रुपया मेनू दियो तू ओके जस गाई जस गाई जस ओए ओ दो चले जाने मामा जेड़े थल्ले आ गए चार ए मार देने तू उठ जा दुकानदारी कर लवी तू तेरी मेहरबानी हो मुंह सीधा कर ला मुंह सीधा कर ला चल पुत्र उदास क्यों हों इंपोर्टेंट माल आ तेरा किसी होर भालू ते दे ला जाना है किसी होर नु पसंद कर ला किसी होर ना अपनी जिंदगी गुजारनी शुरू कर ला वो वेगे पुत शुक्र कर वेगे हैं भाई दा नारो मैनू ओ वक्त याद आ रहा वा केड़ा जेड़ा बीतिया साडा वो तो चंगा नहीं बीतिया पुत ओ क्यों याद करदा असी घर नु जदों जाने सी आहो कभी किराया उन्होंने देना कभी मैं देना ओ तेरा किराया ओ दिंदा सी ओ मैं ओदा मालिक सी मेरा किराया क्यों नहीं सी दिंदा तेरे ना ओदी बनी नहीं अपने अंदर कंट्रोल च रख ए पुत जानवर जे भालू ने ते बालू पुत्र ये तेरे तो पहले जेड़े दो मुंडे मेरे को काम करते सी ना वो मैं पुत इदा ही उन्होंने रेट लगे तो मैं कढ़ दिते ते कढ़ मैं तेनू भी देना पुत मैं तेरे तो खुश नहीं है मैं कोई काम नहीं करना मैनू पवन नौकरियों कढ़ दे ओ तो तेनू मैं कढ़ ही देना पुत मैं तेनू केड़ी शायद रख लवा तू तो मेरा बालू बिकन ही नहीं देना तू हर बालू बिकन तो बाद अपना कल्याण पाया करना इतने है मैं तो सारी जिंदगी तेनू ही सीधा करन ते रही हूं चुप कर जा सालिया मेनू ए लगता मेरे बालू मर गए चल चले जा कल्याण पा चल पप्पू ओ तेरा पप्पू नहीं सी मेरा सी चल पाजे तो चल चल पाजे तो मैं लोगों को दसूंगा मेरा पप्पू ओ की पप्पू ओ दादा पप्पू बेच देता जे ओ बेच देता मामा बेचने वाली छावा जुलूस कड्डो रोना दे निकलो उन्होंने पप्पू बेच देता जे ओ मेरे खिलाफ होते ही ने दुनिया करानी चल पाजे तो चल पाजे तो